ਸਤਿ ਸ਼੍ਰੀ ਅਕਾਲ, ਅਜੀਤ ਵੈਬ ਟੀਵੀ ਦੇਖ ਰਹੀ ਸਾਰੇ ਦਰਸ਼ਕਾਂ ਦਾ ਮੈਂ ਤਰਨਜੀਤ ਕੌਰ ਬਹੁਤ ਬਹੁਤ ਸਵਾਗਤ ਕਰਦੀ ਹਾਂ। ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸ਼ੌਂਕ ਆਪੋ ਆਪਣੇ। ਮੁੜ ਤੋਂ ਹੀ ਪੰਜਾਬ ਜੰਗਾਂ ਯੁੱਧਾਂ ਦਾ ਅਖਾੜਾ ਰਿਹਾ ਏ। ਇਸੇ ਕਰਕੇ ਚਿੱਤਰਕਾਰੀ ਅਤੇ ਮੂਰਤੀ ਕਲਾ ਜਿਹੀਆਂ ਕੋਮਲ ਕਲਾਵਾਂ ਨੂੰ ਇੱਥੇ ਚੰਗੀ ਤਰ੍ਹਾਂ ਮੌਲਣ ਵਿਕਸਣ ਦਾ ਮੌਕਾ ਨਹੀਂ ਮਿਲਿਆ। ਪੰਜਾਬ ਦੇ ਹਜ਼ਾਰਾਂ ਸੂਰਮਿਆਂ ਨੇ ਪੰਜਾਬ ਨੂੰ ਵਿਦੇਸ਼ੀ ਤਾੜਵਿਆਂ ਤੋਂ ਬਚਾਈ ਰੱਖਣ ਲਈ ਜ਼ੁਲਮ ਅਤੇ ਜ਼ਿਆਦਤੀਆਂ ਖਿਲਾਫ਼ ਲੜਦਿਆਂ ਕੁਰਬਾਨੀਆਂ ਦਿੱਤੀਆਂ। ਇਹਨਾਂ ਸੂਰਬੀਰਾਂ ਦੀਆਂ ਕੁਰਬਾਨੀਆਂ ਨੂੰ ਸਰਦਾਰ ਕਿਰਪਾਲ ਸਿੰਘ ਅਤੇ ਉਹਨਾਂ ਵਰਗੇ ਹੋਰ ਚਿੱਤਰਕਾਰਾਂ ਨੇ ਹਮੇਸ਼ਾ ਲਈ ਅਮਰ ਕਰ ਦਿੱਤਾ। ਚਿੱਤਰਕਾਰੀ ਅਤੇ ਮੂਰਤੀ ਕਲਾ ਦੇ ਖੇਤਰ ਵਿੱਚ ਅਜਿਹਾ ਹੀ ਲਾਮਿਸਾਲ ਕੰਮ ਸਰਦਾਰ ਇਕਬਾਲ ਸਿੰਘ ਗਿੱਲ ਮਾਣੂਕੇ ਨੇ ਕੀਤਾ ਏ। ਇਕਬਾਲ ਸਿੰਘ ਗਿੱਲ ਨੇ ਇਤਿਹਾਸਿਕ ਗੁਰਦੁਆਰਾ ਮਹਿਦਿਆਣਾ ਸਾਹਿਬ ਦੇ ਪ੍ਰਧਾਨ ਬਾਬਾ ਜ਼ੋਰਾ ਸਿੰਘ ਦੀ ਅਗਵਾਈ ਵਿੱਚ ਸਿੱਖੀ ਦੇ ਅਜਾਇਬ ਘਰ ਨੂੰ ਨਵੀਂ ਦਿਸ਼ਾ ਦੇ ਕੇ ਇੱਥੇ ਸਿੰਘਾਂ, ਸੂਰਮਿਆਂ, ਯੋਧਿਆਂ ਤੇ ਗੁਰੂ ਸਾਹਿਬਾਨ ਦੀਆਂ ਮੂਰਤੀਆਂ ਸਥਾਪਿਤ ਕਰਕੇ ਵਿਲੱਖਣ ਥਾਂ ਬਣਾਈਏ। ਗੁਰਦੁਆਰਾ ਮਹਿਦਿਆਣਾ ਸਾਹਿਬ ਵਿੱਚ ਲਗਭਗ 14 ਸਾਲ ਤੱਕ ਸੇਵਾ ਨਿਭਾਉਣ ਤੋਂ ਬਾਅਦ ਇਕਬਾਲ ਸਿੰਘ ਨੇ ਆਪਣੀ ਇੱਕ ਵੱਖਰੀ ਵਰਕਸ਼ਾਪ ਬਣਾਉਣ ਦਾ ਫੈਸਲਾ ਕੀਤਾ, ਜਿੱਥੋਂ ਵਿਸ਼ਵ ਪੱਧਰ ਤੱਕ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਾ ਚਾਹੁੰਦੇ ਸਨ। ਉਹਨਾਂ ਵੱਲੋਂ ਤਿਆਰ ਕੀਤੀਆਂ ਸੂਰਮੇ ਯੋਧਿਆਂ ਦੀਆਂ ਮੂਰਤੀਆਂ, ਘੋੜੇ, ਸ਼ੇਰ, ਗੁਰਦੁਆਰਾ ਸਾਹਿਬ ਦੇ ਗੁੰਬਦ ਆਦਿ ਕੈਨੇਡਾ, ਇੰਗਲੈਂਡ, ਅਮਰੀਕਾ, ਨਿਊਜ਼ੀਲੈਂਡ ਅਤੇ ਕਈ ਯੂਰਪੀ ਦੇਸ਼ਾਂ ਵਿੱਚ ਸਥਿਤ ਗੁਰਦੁਆਰਾ ਸਾਹਿਬਾਨ ਦੇ ਅਜਾਇਬ ਘਰਾਂ ਵਿੱਚ ਸੁਸ਼ੋਭਿਤ ਹਨ। ਇਹ ਮੂਰਤੀ ਕਲਾ ਕੇਂਦਰ ਮੱਲਾ ਰੋਡ ਮਾਨੂਕੇ ਵਿਖੇ ਸਥਾਪਿਤ ਏ, ਜਿੱਥੋਂ ਇਕਬਾਲ ਸਿੰਘ ਅਤੇ ਉਹਨਾਂ ਦੇ ਸਾਥੀ ਦੇਸ਼ਾਂ ਵਿਦੇਸ਼ਾਂ ਵਿੱਚ ਮੰਗ ਦੇ ਆਧਾਰ ਤੇ ਮੂਰਤੀਆਂ ਤਿਆਰ ਕਰਕੇ ਭੇਜਦੇ ਹਨ। ਇਹ ਨਾ ਜੀ ਅਸੀਂ ਬਣਾਈ ਹੈ ਸਮੁੰਦਰੀ ਪਰੀ ਜਿਹਨੂੰ ਮਰਮੇਡ ਕਹਿੰਦੇ ਆ, ਅਤੇ ਇਹ ਨਿਊਜ਼ੀਲੈਂਡ ਕਿਸੇ ਬੀਚ ਦੇ ਉੱਪਰ ਲੱਗਣੀ ਹੈ। ਹੁਣ ਅਸੀਂ ਇਹ ਪਹਿਲਾਂ ਇਹ ਮਾਸਟਰਪੀਸ ਤਿਆਰ ਕੀਤਾ, ਯਾਨੀ ਕਿ ਸੀਮੈਂਟ ਦਾ ਮਾਸਟਰਪੀਸ ਤਿਆਰ ਕਰ ਲਿਆ। ਉਸ ਤੋਂ ਬਾਅਦ ਇਹਦੀ ਡਾਈ ਤਿਆਰ ਕਰਕੇ ਫਿਰ ਕਾਰਬਨ ਫਾਈਬਰ ਦੇ ਵਿੱਚ ਪੀਸ ਕੱਢਾਂਗੇ, ਉਸ ਤੋਂ ਬਾਅਦ ਕਲਰ ਕਰਕੇ ਇਹਨੇ ਰੈਡੀ ਹੋ ਜਾਣਾ। ਜੀ ਇਹ ਮੇਰੀ ਨਾ ਜ਼ਿੰਦਗੀ ਦਾ ਇੱਕ ਬਹੁਤ ਵੱਡਾ ਨਿਸ਼ਾਨਾ ਸੀ, ਆਰਟ, ਪੇਂਟਿੰਗ ਆਰਟ, ਸਟੈਚੂ ਆਰਟ, ਵੀ ਮੈਂ ਇਹਨੂੰ ਬਹੁਤ ਵੱਡੇ ਮੁਕਾਮ 'ਤੇ, ਪੱਧਰ 'ਤੇ ਲੈ ਕੇ ਜਾਣਾ। ਹਲੇ ਵੀ ਮੇਰਾ ਕੰਮ ਜਾਰੀ ਹੈ। ਜਿੱਦਾਂ ਮੈਂ ਮਾਣੂਕੇ ਗਿੱਲ, ਬਹੁਤ ਪੇਂਡੂ ਪਰਿਵਾਰ ਦੇ ਵਿੱਚ ਮੇਰਾ ਜਨਮ ਹੋਇਆ ਜੀ। ਕਲਾ ਦਾ ਸ਼ੌਂਕ ਸੀਗਾ, ਕੰਮ ਕਰਦੇ ਗਏ ਅਤੇ ਜਿਹੜੇ ਕੁਛ ਬੰਦੇ ਸੀਗੇ ਜਿਨ੍ਹਾਂ ਨੇ ਮੇਰੀ ਕਲਾ ਨੂੰ ਸਲਾਹਿਆ ਅਤੇ ਮੈਨੂੰ ਉਹਦੇ ਨਾਲ ਐਨਰਜੀ ਮਿਲੀ, ਮੈਂ ਹੌਲੀ ਹੌਲੀ ਚੱਲਦਾ ਗਿਆ। ਫਿਰ ਮੈਂ ਗੁਰਦੁਆਰਾ ਮਹਿਦਿਆਣਾ ਸਾਹਿਬ ਜਾ ਉੜਿਆ ਅਤੇ ਗੁਰਦੁਆਰਾ ਸਾਹਿਬ 14 ਸਾਲ ਕੰਮ ਕੀਤਾ। ਉਸ ਤੋਂ ਬਾਅਦ ਮੈਂ ਸੋਚਿਆ ਵੀ ਮੈਂ ਇੱਕ ਵੱਖਰੀ ਆਪਦੀ ਵਰਕਸ਼ਾਪ ਬਣਾਵਾਂ, ਜਿਸ ਦੇ ਨਾਲ ਬਹੁਤ ਸਾਰੇ ਆਰਟਿਸਟ ਜੁੜਨ ਅਤੇ ਅਸੀਂ ਇੱਕ ਟੀਮ ਵਰਕ ਕਰੀਏ ਬਹੁਤ ਵੱਡਾ, ਅਤੇ ਜਿਹੜੀ ਸਾਡੀ ਪੰਜਾਬ ਦੀ ਸਟੈਚੂ ਆਰਟ ਹੈ, ਸਟੈਚੂ ਕਲਾ ਜਾਂ ਪੇਂਟਿੰਗ ਹੈ, ਇਹਨੂੰ ਬਹੁਤ ਵੱਡੀ ਪੱਧਰ 'ਤੇ ਲੈ ਕੇ ਜਾਈਏ। ਹੁਣ ਮੇਰਾ ਇਹ ਨਿਸ਼ਾਨਾ ਜੀ ਵੀ ਵੱਧ ਤੋਂ ਵੱਧ ਅਸੀਂ ਵਿਦੇਸ਼ਾਂ ਦੇ ਵਿੱਚ ਆਪਣਾ ਕੰਮ ਬਣਿਆ ਭੇਜੀਏ। ਅਤੇ ਬਾਕੀ ਦੇਖੋ ਜੀ, ਆਰਟ ਦਾ ਕੰਮ ਹੈ, ਕੁਛ ਅਸੀਂ ਚੀਜ਼ਾਂ ਆਪਦੇ ਮਨ ਨੂੰ ਪ੍ਰਫੁੱਲਿਤ ਕਰਨ ਵਾਸਤੇ ਵੀ ਬਣਾਉਂਦੇ ਹਾਂ, ਕੁਛ ਅਸੀਂ ਗਾਹਕ ਦੇ ਅਕੋਰਡਿੰਗ ਵੀ ਤਿਆਰ ਕਰਨੀਆਂ ਪੈਂਦੀਆਂ। ਇਕਬਾਲ ਸਿੰਘ ਆਪਣੀ ਕਲਾ ਜ਼ਰੀਏ ਚਿੱਤਰਕਾਰੀ ਅਤੇ ਮੂਰਤੀ ਕਲਾ ਨੂੰ ਨਵੀਆਂ ਉਚਾਈਆਂ 'ਤੇ ਲੈ ਕੇ ਜਾਣਾ ਚਾਹੁੰਦੇ ਹਨ। ਉਹਨਾਂ ਨੇ ਬਾਬਾ ਫਰੀਦ ਜੀ ਦੇ ਸਲੋਕ, ਕਾਗਾ ਕਰੰਗ ਟੰਡੋਲਿਆ ਸਗਲਾ ਖਾਇਆ ਮਾਸ,
ਇਹ ਦੁਈ ਨੈਣਾ ਮਤ ਛੂ ਫਿਰ ਦੇਖਣ ਕੀ ਆਸ ਤੇ ਆਧਾਰਿਤ ਇੱਕ ਮੂਰਤੀ ਬਣਾਈਏ। ਇਸ ਮੂਰਤੀ ਦੀ ਸੰਗਤਾਂ ਵੱਲੋਂ ਬਹੁਤ ਪ੍ਰਸ਼ੰਸਾ ਕੀਤੀ ਗਈ ਹੈ। ਕਾਗਾ ਕਰੰਗ ਟੰਡੋਲਿਆ ਸਗਲਾ ਖਾਇਆ ਮਾਸ ਇਹ ਦੋਏ ਨੈਣਾ ਮਤ ਛੂ ਹੋ ਫਿਰ ਦੇਖਾਂ ਕੀ ਆਸ ਇਹ ਦੋਏ ਜਿੱਦਾਂ ਹੁਣ ਅਸੀਂ ਇੱਕ ਬਾਬਾ ਫਰੀਦ ਜੀ ਦਾ ਸਟੈਚੂ ਤਿਆਰ ਕੀਤਾ ਹੈ, ਸਾਨੂੰ ਤਕਰੀਬਨ ਪੂਰੇ 2 ਮਹੀਨੇ ਲੱਗ ਗਏ ਜੀ ਉਹਨੂੰ ਤਿਆਰ ਕਰਨ ਦੀ ਖਾਤਰ। ਉੱਦਾਂ ਪੇੜ ਜਿੱਦਾਂ ਬਾਬਾ ਫਰੀਦ ਜੀ ਨੇ ਆਖਿਆ ਸੀ, ਕਾਗਾ ਕਰੰਗ ਢੰਡੋਲਿਆ ਸਗਲਾ ਖਾਇਆ ਮਾਸ ਇਹ ਨੈਣਾ ਮੋਏ ਮਤ ਛੂਹੋ ਪਰ ਦੇਖਣ ਕੀ ਆਸ਼। ਉਹ ਸਲੋਕ ਦੇ ਅਕੋਰਡਿੰਗ ਅਸੀਂ ਇੱਕ ਬਾਬਾ ਫਰੀਦ ਦਾ ਸਟੈਚੂ ਤਿਆਰ ਕੀਤਾ ਹੈ, ਜਿਹੜਾ ਕਿ ਸੰਗਤਾਂ ਨੇ ਬਹੁਤ ਸਲਾਹਿਆ, ਬਹੁਤ ਹੀ ਜ਼ਿਆਦਾ। ਉੱਦਾਂ ਕਾਂ ਸੀ, ਪੇੜ ਬਣਿਆ ਸੀ, ਸਾਰੀ ਚੀਜ਼ ਬਣਾਈ ਅਸੀਂ, ਅਤੇ ਆਪਦੇ ਮਨ ਨੂੰ ਵੀ ਬਹੁਤ ਖੁਸ਼ੀ ਹੋਈ ਜਦੋਂ ਅਸੀਂ ਉੱਥੇ ਜਿੱਥੇ ਜਿਹੜੀ ਸੰਸਥਾ ਨੇ ਸਾਨੂੰ ਬਣਵਾਇਆ ਅੰਬਾਲੇ ਕੋਲ ਅਤੇ ਉੱਥੇ ਲਗਾਇਆ, ਬਹੁਤ ਖੁਸ਼ ਹੋਏ। ਇੱਦਾਂ ਜੇ ਚੰਗੀ ਆਰਟ ਕਰਾਂਗੇ, ਚੰਗਾ ਕੰਮ ਕਰਾਂਗੇ, ਆਪਦੇ ਮਨ ਨੂੰ ਖੁਸ਼ੀ ਤਾਂ ਹੁੰਦੀ ਹੁੰਦੀ ਹੈ। ਨਾਲ ਸਾਡੇ ਜਿਹੜੇ ਗਾਹਕ ਆ ਜਾਂ ਸਾਥੋਂ ਜਿਹੜੇ ਸ਼ੌਂਕ ਕਲਾਕਾਰੀ ਦਾ ਸ਼ੌਂਕ ਰੱਖਦੇ ਉਹ ਬਣਵਾਉਂਦੇ ਆ, ਉਹ ਵੀ ਖੁਸ਼ ਹੁੰਦੇ ਆ। ਇਕਬਾਲ ਸਿੰਘ ਦਾ ਕਹਿਣਾ ਹੈ ਕਿ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨੂੰ ਚਾਹੀਦਾ ਹੈ ਕਿ ਉਹ ਸਿੱਖ ਇਤਿਹਾਸ ਨੂੰ ਸਾਂਭਣ ਲਈ ਵੱਧ ਤੋਂ ਵੱਧ ਉਪਰਾਲੇ ਕਰਨ। ਅਸੀਂ ਵਿਦੇਸ਼ਾਂ ਦੇ ਵਿੱਚ ਨਿਊਜ਼ੀਲੈਂਡ ਦੀਆਂ ਸੰਗਤਾਂ ਨੇ ਟਰੰਗਾ ਗੁਰੂ ਘਰ ਉੱਥੇ ਕਾਫੀ ਚੀਜ਼ਾਂ ਸਾਥੋਂ ਬਣਵਾਈਆਂ, ਅਤੇ ਜਿੱਦਾਂ ਘੋੜੇ ਹੋ ਗਏ, ਸ਼ੇਰ ਹੋ ਗਏ, ਗੁੰਮਟ ਹੋ ਗਏ ਗੁਰੂ ਘਰ ਦੇ, ਛੋਟੇ ਵੱਡੇ ਸਾਰੇ ਤਰ੍ਹਾਂ ਦੇ। ਅੱਛਾ, ਉੱਥੋਂ ਦੇਖ ਕੇ ਹੋਰ ਕਈ ਸ਼ਹਿਰਾਂ ਦੇ ਵਿੱਚ ਜਿੱਦਾਂ ਵਲੈਂਟਨ ਹੋਇਆ, ਹੋਸਟਿੰਗ ਹੋਇਆ, ਔਕਲੈਂਡ ਹੋਇਆ, ਹੋਰ ਕਈ ਸ਼ਹਿਰਾਂ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਸਾਡਾ ਕੰਮ ਬਣ ਕੇ ਜਾ ਰਿਹਾ ਹੈ, ਅਤੇ ਇਸ ਤੋਂ ਇਲਾਵਾ ਕੈਨੇਡਾ ਦੇ ਵਿੱਚ ਵੀ ਸਾਡਾ ਕਾਫੀ ਕੰਮ ਬਣ ਕੇ ਜਾ ਰਿਹਾ ਹੈ। ਆਉਣ ਵਾਲੀ ਪੀੜ੍ਹੀ ਨੂੰ ਮੈਂ ਇਹ ਸੰਦੇਸ਼ ਦਿੰਦਾ, ਜਿਹੜੇ ਆਪਣੇ ਨਵੇਂ ਕਲਾਕਾਰ ਬਣਦੇ ਉੱਭਰ ਰਹੇ ਹੈ, ਵੀ ਇਮਾਨਦਾਰੀ ਨਾਲ ਕੰਮ ਕਰੋ। ਜ਼ਿੰਦਗੀ ਦੇ ਵਿੱਚ ਜਿਹੜਾ ਹੱਥ ਦੇ ਵਿੱਚ ਕੋਈ ਗੁਣ ਆ ਨਾ, ਉਹਨੇ ਕੰਮ ਆਉਣਾ। ਅੱਛਾ, ਦੂਸਰੀ ਗੱਲ ਇਹਦੇ ਵਿੱਚ ਬਹੁਤ ਵੱਡੀ ਮਾਇਨਾ ਰੱਖਦੀ ਹੈ ਗੋਡ ਗਿਫਟ, ਜੋ ਰੱਬ ਦੀ ਪਰਮਾਤਮਾ ਦੀ ਦੇਣ ਹੈ ਉਹ ਬਹੁਤ ਵੱਡੀ ਇਹਦੇ ਵਿੱਚ ਮਾਇਨਾ ਰੱਖਦੀ ਹੈ। ਕੋਈ ਵੀ ਆਰਟਿਸਟ ਹੈ, ਕਲਾਕਾਰ ਹੈ, ਉਹਨੂੰ ਗੋਡ ਗਿਫਟ ਹੁੰਦਾ, ਰੱਬ ਦੀ ਦੇਣ ਹੁੰਦੀ ਹੈ, ਪਰ ਉਹਨੂੰ ਥੋੜ੍ਹੀ ਜਿਹੀ ਲਾਈਨ ਦੇਣੀ ਪੈਂਦੀ ਹੈ, ਲਾਈਨ ਦੇ ਹਿਸਾਬ ਨਾਲ ਉਹ ਕੰਮ ਕਰਦਾ ਹੈ। ਮੈਂ ਨਹੀਂ ਕਹਿੰਦਾ, ਮੇਥੋਂ ਬਹੁਤ ਵੱਡੇ ਵੱਡੇ ਆਰਟਿਸਟ ਕਈ ਘਰਾਂ ਦੇ ਵਿੱਚ ਬਹਿ ਕੇ ਰੁਲ ਗਏ ਜਿਹੜੇ ਮਾਰਕੀਟ ਦੇ ਵਿੱਚ ਨਹੀਂ ਆਏ, ਪਰ ਅਸੀਂ ਜੋ ਨਿਸ਼ਾਨਾ ਮਿਥਿਆ ਸੀ ਵੀ ਇਸ ਆਰਟ ਨੂੰ ਅਸੀਂ ਪੰਜਾਬ ਦੇ ਵਿੱਚ ਰਹਿ ਕੇ ਪੂਰੀ ਦੁਨੀਆ ਦੇ ਵਿੱਚ ਪ੍ਰਫੁੱਲਿਤ ਕਰਨਾ ਹੈ, ਅਸੀਂ ਅੱਜ ਉਹ ਜਿਹੜਾ ਸਾਡਾ ਅਸੀਂ ਬੀੜਾ ਚੁੱਕਿਆ ਸੀ ਇਸ ਕੰਮ ਦਾ, ਅੱਜ ਉਹ ਪਰਮਾਤਮਾ ਦੀ ਕਿਰਪਾ ਨਾਲ ਅਸੀਂ ਉਹਦੇ ਅੱਧ ਚਲੇ ਗਏ ਹਾਂ। ਆਉਣ ਵਾਲੇ ਸਮੇਂ ਦੇ ਵਿੱਚ ਹੋਰ ਬਹੁਤ ਵੱਡੀ ਅਸੀਂ ਇਹ ਵਰਕਸ਼ਾਪ ਪੈਦਾ ਕਰਨੀ ਹੈ, ਜਿੱਥੇ ਕਿ ਅਸੀਂ ਪੂਰੇ ਵਰਲਡ ਦੇ ਵਿੱਚ ਸਮਾਨ ਬਣਾ ਕੇ ਭੇਜੀਏ, ਅਤੇ ਸਾਡੀ ਪੰਜਾਬ ਦੀ ਪੰਜਾਬੀ ਸੱਭਿਆਚਾਰ ਔਰ ਸਾਡਾ ਸਿੱਖ ਵਿਰਸਾ ਇਹ ਪੂਰੇ ਦੁਨੀਆ ਦੇ ਵਿੱਚ ਜਾਵੇ। ਇਹੀ ਮੇਰਾ ਨਿਸ਼ਾਨਾ ਹੈ, ਇਹੀ ਮੇਰਾ ਮੁਕਾਮ ਹੈ। ਇਕਬਾਲ ਸਿੰਘ ਨੂੰ ਆਪਣੇ ਕੰਮ ਵਿੱਚ ਪਰਿਵਾਰ ਅਤੇ ਸਾਥੀਆਂ ਦਾ ਪੂਰਾ ਸਹਿਯੋਗ ਮਿਲਦਾ ਹੈ। ਉਸਦੇ ਸਹਿਯੋਗੀ ਗੁਰਪ੍ਰੀਤ ਸਿੰਘ ਧਾਲੀਵਾਲ ਦਾ ਕਹਿਣਾ ਹੈ ਕਿ ਨਿਰਸਵਾਰਥ ਹੋ ਕੇ ਕੀਤੀ ਗਈ ਮਿਹਨਤ ਇੱਕ ਦਿਨ ਸਫਲਤਾ ਦੀ ਬੁਲੰਦੀ ਤੱਕ ਲੈ ਜਾਂਦੀ ਹੈ। ਗੁਰਪ੍ਰੀਤ ਸਿੰਘ ਮੁਤਾਬਕ ਇਸੇ ਮਿਹਨਤ ਸਦਕਾ ਹੀ ਇਕਬਾਲ ਸਿੰਘ ਆਪਣੀ ਕਲਾ ਦਾ ਪ੍ਰਦਰਸ਼ਨ ਵਿਦੇਸ਼ਾਂ ਵਿੱਚ ਕਰਨ ਵਿੱਚ ਕਾਮਯਾਬ ਹੋਏ ਹਨ।
जी मेरा जड़ा इन्ना इस कला नाल जुड़न दा हैगा वो मैं पहला छोटा हुंदा तो ही बाई जी दे नाल इकबाल सिंह जी गैल जेडे मेरे गुरु आ उन्हां दे नाल मैं पहला छोटा हुंदा ही जुड़िया। मैं पहला गुरद्वारा मेहताना साहब देखण जांदा हुंदा सी तस्वीरां बणिया उस तों बाद फिर मेरा भी रुझान होया भी मैं भी सिखा यह चीज़। फिर हौली 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 जुड़ते गए इन्हां दे भाई सीगे नाल एक जगतार सिंह उन्हां दे नाल भी काफ़ी टाइम रहे असीं कट्ठे रहिंदे छोटे छोटे पहला हुंदे सीगे जी पहला इस चीज़ का थोड़ा घट पता सी भी इह इत्थों तक चली जाऊगी कला पर हुण इहदे कला दे नाल सानूं देशां दे विच जाण दा बहुत मौका मिलदा जानी बहुत वधिया चीज़ है जी। इह कला ने सानूं बहुत कुछ दित्ता साडी रोजी रोटी बन चुकी है जी इह कला इहनां दे काम ਨੂੰ ਦੇਖ ਕੇ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਜਿੱਦਾਂ ਬਾਹਰਲੀਆਂ ਕੰਟਰੀਜ਼ ਵਿੱਚ ਇਹ ਜਾਂਦੇ ਨੇ ਲੋਕ ਇਹਨਾਂ ਦੀ ਬਹੁਤ ਜ਼ਿਆਦਾ ਤਾਰੀਫ ਕਰਦੇ ਆ ਤਾਂ ਦੇਖ ਕੇ ਸਾਨੂੰ ਬਹੁਤ ਸੁਣ ਕੇ ਬਹੁਤ ਖੁਸ਼ੀ ਹੁੰਦੀ ਆ ਸਾਡੇ ਮੰਮੀ ਡੈਡੀ ਸਾਡੇ ਘਰਦਿਆਂ ਦੀ ਬਹੁਤ ਸਪੋਰਟ ਆ। ਇਕਬਾਲ ਸਿੰਘ ਆਪਣੀ ਪੂਰੀ ਜ਼ਿੰਦਗੀ ਇਸੇ ਕਲਾ ਦੇ ਲੇਖੇ ਲਾਉਣ ਦਾ ਚਾਹਵਾਨ ਹੈ। ਉਸਦਾ ਕਹਿਣਾ ਹੈ ਮੂਰਤੀਆਂ ਸਾਡੇ ਸਿੱਖ ਸਮਾਜ ਸੱਭਿਆਚਾਰ ਅਤੇ ਵਿਰਾਸਤ ਦੇ ਗੌਰਵ ਦਾ ਪ੍ਰਤੀਕ ਹਨ। ਉਸ ਨੂੰ ਦੁਨੀਆਂ ਭਰ ਵਿੱਚ ਜੋ ਹੱਲਾਸ਼ੇਰੀ ਮਿਲੀ ਹੈ ਉਸਦਾ ਹਮੇਸ਼ਾ ਰਿਣੀ ਰਹੇਗਾ ਅਤੇ ਭਵਿੱਖ ਵਿੱਚ ਮੂਰਤੀ ਕਲਾ ਨੂੰ ਹੋਰ ਅੱਗੇ ਲਿਜਾਣ ਲਈ ਤਤਪਰ ਰਹੇਗਾ। ਇਹ ਸੀ ਪ੍ਰੋਗਰਾਮ ਸ਼ੌਂਕ ਆਪੋ ਆਪਣੇ। ਉਮੀਦ ਕਰਦੇ ਹਾਂ ਕਿ ਅੱਜ ਦਾ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਹੁਣ ਤਰਨ ਨੂੰ ਦੇ ਦਿਓ ਇਜਾਜ਼ਤ ਅਤੇ ਤੁਸੀਂ ਦੇਖਦੇ ਰਹੋ ਅਜੀਤ ਵੈਬ ਟੀਵੀ।